ਰੋਪੜ ਪੁਲਿਸ ਵੱਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਏਜੰਟ ਨੂੰ ਕਾਬੂ ਕੀਤਾ ਹੈ, ਜਿਸ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਪੀ ਰਵੀ ਕੁਮਾਰ ਨੇ ਦੱਸਿਆ ਕਿ ਦੋਸ਼ੀ ਗਗਨਦੀਪ ਸਿੰਘ ਦੇ ਖਿਲਾਫ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ ਅਤੇ ਇੱਕ ਮਾਮਲਾ ਰੋਪੜ ਵਿਖੇ ਵੀ ਦਰਜ ਸੀ, ਜਿਸ ਕਰਕੇ ਰੋਪੜ ਪੁਲਿਸ ਇਸ ਦੀ ਭਾਲ ਕਰ ਰਹੀ ਸੀ, ਜਿਸ ਨੂੰ ਜਲੰਧਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇੱਕ ਪਰਚਾ ਦਰਜ ਹੋਇਆ ਹੈ ਗਗਨਦੀਪ ਸਿੰਘ FIR ਨੰਬਰ 111/19 PACT ਰੂਪਨਗਰ ਅੰਡਰ ਸੈਕਸ਼ਨ 420 120 ਬੀ IPC ਔਰ ਸੈਕਸ਼ਨ 24 ਇਮੀਗ੍ਰੇਸ਼ਨ ਐਕਟ। ਜੋ ਠੱਗੀ ਕਾ ਅਮਾਊਂਟ ਹੈ ਵੋ 19 ਲੱਖ ਕਾ ਹੈ ਔਰ ਐਕਿਊਜ ਨੇ ਇੱਕ ਇਲੀਗਲ ਆਫਿਸ ਖੋਲ ਰੱਖਾ ਥਾ ਯਹਾਂ ਰੂਪਨਗਰ ਮੇਂ ਔਰ ਪੋਟੇਸ਼ਨ ਕਾ ਨਾਮ ਯੂਜ਼ ਕਰਕੇ ਲੋਗੋਂ ਸੇ ਠੱਗੀ ਮਾਰਾ ਕਰਤਾ ਥਾ। ਤੋ ਇਸਕੇ ਇਲਾਵਾ ਕੋਈ ਹੋਰ ਵੀ ਇਸ ਮਾਮਲੇ ਦਰਜ ਹੈ? ਹਾਂ, ਇਸਕੇ ਉੱਪਰ ਕਾਫੀ ਸਾਰੇ ਪਰਚੇ ਪਹਿਲੇ ਸੇ ਹੋ ਰੱਖੇ ਹੈ। ਇੱਕ ਪਰਚਾ ਸਿਟੀ ਰੂਪਨਗਰ ਮੇਂ ਹੋ ਰੱਖਾ ਹੈ 52A ਪ੍ਰਿਜ਼ਨਸ ਐਕਟ ਕਾ। 5 ਪਰਚੇ ਹੋ ਰੱਖੇ ਹੈ ਡਿਵੀਜ਼ਨ ਨੰਬਰ 7 ਜਲੰਧਰ ਮੇਂ। ਇੱਕ ਪਰਚਾ ਹੋ ਰੱਖਾ ਹੈ ਪਟਿਆਲਾ ਜੇਲ੍ਹ ਮੇਂ 52A ਪ੍ਰਿਜ਼ਨਸ ਐਕਟ ਕਾ। ਇੱਕ ਪਰਚਾ ਅੰਬਾਲਾ ਹਰਿਆਣਾ ਮੇਂ ਵੀ ਹੋ ਰੱਖਾ ਹੈ ਅੰਡਰ ਸੈਕਸ਼ਨ 420 120B 500C IPC। ਇਸ ਇਲਾਵਾ ਅਬ ਇਹ ਇਸਕੋ ਰਿਮਾਂਡ ਵਗੈਰਾ ਕਿਤਨਾ ਮਿਲਾ ਹੈ? ਆਜ ਇੱਕ ਦਿਨ ਕਾ ਰਿਮਾਂਡ ਮਿਲ ਗਿਆ ਹੈ ਔਰ ਹੋਪਫੁਲੀ ਆਗੇ ਵੀ ਰਿਮਾਂਡ ਮਿਲ। ਦੋਸ਼ੀ ਵੱਲੋਂ ਗਿਆਨੀ ਜੈਲ ਸਿੰਘ ਨਗਰ ਵਿਖੇ ਅਨਲੀਗਲ ਦਫ਼ਤਰ ਖੋਲ੍ਹਿਆ ਗਿਆ ਸੀ, ਜਿਸ ਨੂੰ ਉਸਦੀ ਪਤਨੀ ਰਣਜੀਤ ਕੌਰ ਚਲਾ ਰਹੀ ਸੀ। ਸਾਡੀ ਟੀਮ ਵੱਲੋਂ ਜਦੋਂ ਰਣਜੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਜੋ ਵੀ ਪੈਸਾ ਇਸ ਦਫ਼ਤਰ ਰਾਹੀਂ ਆਉਂਦਾ ਸੀ ਸਾਰਾ ਗਗਨਦੀਪ ਦੇ ਖਾਤੇ ਵਿੱਚ ਭੇਜ ਦਿੱਤਾ ਜਾਂਦਾ ਸੀ। ਐਕਚੁਲੀ ਜੀ ਜਿਹੜੇ ਉਹ ਨੇ ਗਗਨਦੀਪ ਸਿੰਘ ਮੇਰੇ ਹਸਬੈਂਡ ਨੇ ਅਤੇ ਮੇਰਾ ਉਹਨਾਂ ਨੇ ਆਫਿਸ ਖੁਲਵਾਇਆ ਸੀਗਾ ਇੱਥੇ ਗਿਆਨੀ ਜੈਲ ਸਿੰਘ ਕਲੋਨੀ, ਕਿਉਂਕਿ ਮੈਂ ਓਪਰੇਟ ਕਰ ਰਹੀ ਸੀਗੀ ਘਰੋਂ ਅਤੇ ਮੇਰੇ ਰੈਫਰੈਂਸੀ ਸੀਗੇ, ਮੈਂ ਕਦੇ ਐਡ ਨਹੀਂ ਦਿੱਤੀ ਸੀਗੀ ਬਿਕੋਜ਼ ਇੱਕ ਨੂੰ ਭੇਜਿਆ ਚਾਰ ਆਏ ਹੈ ਨਾ। ਅਤੇ ਉਹਨਾਂ ਨੇ ਮੇਰਾ ਆਫਿਸ ਖੁਲਵਾਇਆ ਗਿਆਨੀ ਜੈਲ ਸਿੰਘ ਕਲੋਨੀ ਅਤੇ ਮੈਨੂੰ ਕਹਿੰਦੇ ਕਿ ਬਈ ਆਪਾਂ ਮਿਲ ਕੇ ਕੰਮ ਕਰਾਂਗੇ। ਅਤੇ ਸਡਨਲੀ ਕੀ ਹੋਇਆ ਕਿ ਮੇਰੇ ਕਲਾਇੰਟਸ ਦਾ ਫੇਥ ਸੀ, ਪੇਮੈਂਟ ਮੈਨੂੰ ਦਿੰਦੇ ਸੀ ਅਤੇ ਮੈਂ ਉਹੀ ਪੇਮੈਂਟ ਇਹਨਾਂ ਨੂੰ ਟ੍ਰਾਂਸਫਰ ਕੀਤੀ ਹੈ ਜੀ। ਇਸ ਤੋਂ ਇਲਾਵਾ ਤੁਸੀਂ ਤੁਹਾਡੇ ਹਸਬੈਂਡ ਨੇ ਵਿਆਹ ਕਰਾਇਆ, ਕਿਸ ਤਰ੍ਹਾਂ ਦਾ ਵਿਆਹ? ਦੇਖੋ ਜੀ, ਵਿਆਹ ਕਰਾਇਆ ਸੀ ਕਿਉਂਕਿ ਇੱਕ ਟਰੱਸਟ 'ਤੇ ਸੀਗੀ ਸਾਰੀ ਚੀਜ਼, ਹੈ ਨਾ। ਇੱਕ ਹਸਬੈਂਡ ਹੁੰਦਾ ਬਹੁਤ ਬੜਾ ਟਰੱਸਟ ਹੁੰਦਾ ਬੰਦੇ ਨੂੰ, ਇਹ ਕਹਿੰਦਾ ਤੂੰ ਟੈਨਸ਼ਨ ਨਹੀਂ ਕਰਨੀ, ਸਾਰਾ ਕੰਮ ਮੈਂ ਆਪ ਕਰਾਊਂਗਾ। ਅਤੇ ਉਸੇ ਟਰੱਸਟ 'ਤੇ ਮੈਂ ਲੋਕਾਂ ਨੇ ਜਿਹੜੀ ਪੇਮੈਂਟਸ ਮੈਨੂੰ ਦਿੱਤੀਆਂ ਇਨ ਅਕਾਊਂਟ ਹੈ, ਜਿਹੜੀ ਮੈਂ ਇਹਨੂੰ ਦਿੱਤੀ ਹੈ ਉਹ ਵੀ ਇਨ ਅਕਾਊਂਟ ਹੀ ਹੈ। ਮਤਲਬ ਸਾਰੀ ਜਿਹੜੀ ਪੇਮੈਂਟ ਸੀਗੀ ਲੀਗਲੀ ਅਕਾਊਂਟਸ ਚਾਹੀਏ। ਪਰਚਾ ਜੀ ਫਸਟ ਪਰਚਾ ਮੇਰਾ ਜਿਹੜਾ ਮੇਰੇ 'ਤੇ ਹੋਇਆ ਸੀ, ਮੈਂ CIA ਰੋਪੜ ਨਹੀਂ ਕੀਤਾ ਸੀਗਾ, ਮੈਂ ਸਿਰਫ ਬਿਆਨ ਦਰਜ ਕਰਾਉਣ ਗਈ ਸੀ ਆਪਣੇ। ਉਹਨਾਂ ਨੇ ਕਿਹਾ ਕੰਪਲੇਂਟ ਹੈ ਅਤੇ ਮੈਂ ਕਿਹਾ ਚਲੋ ਥੋੜ੍ਹਾ ਟਾਈਮ ਲੈ ਕੇ ਦੇ ਦਿਓ ਸਾਨੂੰ ਅਤੇ ਅਸੀਂ ਬੰਦੇ ਦੀ ਪੇਮੈਂਟ ਕਰ ਦਾਂਗੇ, ਕਿਉਂਕਿ ਮੇਰੇ ਪਰਚਿਆਂ 'ਚ ਮੈਂ 11-11 ਲੱਖ ਵੀ ਲੋਕਾਂ ਦਾ ਮੋੜਿਆ ਹੈ ਨਾ। ਜੇ ਮੇਰੇ ਵਿਜ਼ਨ ਕਲੀਅਰ ਸੀਗੇ ਮੈਂ ਤਦੇ ਮੋੜਿਆ ਸੀ ਜੀ। ਜੀ ਇਹਨਾਂ ਨੇ ਮੇਰੇ 'ਤੇ ਕਰਾਏ ਜਦੋਂ ਮੇਰੀ ਕੋਈ ਬੇਲ ਹੁੰਦੀ ਸੀ ਜੀ, ਫਿਰ ਪਰਚਾ ਲੋਕਾਂ ਨੂੰ ਗਾਲਾਂ ਕੱਢ ਦਿੰਦਾ ਸੀ ਫੋਨ 'ਤੇ, ਅਬਿਊਜ਼ ਕਰਦਾ ਸੀ ਬਹੁਤ ਜ਼ਿਆਦਾ, ਫਿਰ ਲੋਕ ਤੁਹਾਨੂੰ ਪਤਾ ਹੈ ਕਿ ਖੁੰਦਕ ਹੋ ਕੇ ਫਿਰ ਕੋਈ ਕੁਛ ਵੀ। ਬਿਲਕੁਲ ਨਹੀਂ ਜੀ, 10 ਮਹੀਨੇ ਮੈਂ ਜੇਲ੍ਹ ਰਹਿ ਕੇ ਆਈ ਹਾਂ ਰੋਪੜ 'ਚ ਗਈ ਮੈਂ, ਫਿਰ ਉਹ ਤੋਂ ਬਾਅਦ 10 ਮਹੀਨੇ ਪਟਿਆਲਾ ਜੇਲ੍ਹ ਰਹਿ ਕੇ ਆਈ ਹਾਂ। ਇਹਨੇ ਕਦੇ ਵਿਜ਼ਿਟ ਨਹੀਂ ਕੀਤਾ, ਨਾ ਹੀ ਮੇਰਾ ਫੋਨ ਚੱਕਦਾ ਸੀ। ਪਹਿਲਾਂ ਸਟਾਰਟਿੰਗ 'ਚ ਫੋਨ ਚੱਕਿਆ, ਮੇਰਾ ਮੂਰਖ ਬਣਾਉਣਾ, ਮੈਂ ਅੱਜ ਜਾ ਰਿਹਾ ਮੈਂ ਕੱਲ੍ਹ ਆ ਰਿਹਾ, ਈਵਨ ਮੇਰੇ ਪੇਰੈਂਟਸ ਤੋਂ ਵੀ ਮੇਰਾ ਸਾਰਾ ਇਹਨੇ ਸਿਸਟਮ ਖਤਮ ਕਰਵਾ ਦਿੱਤਾ ਸੀ ਜੀ। ਦੋਸਤੋ ਇਹ ਸਨ ਮੈਡਮ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ, ਅਤੇ ਅਸੀਂ ਇੱਥੇ ਜਿਹੜੀ ਗੱਲ ਸਾਡੇ ਸਾਹਮਣੇ ਆਈ ਹੈ ਕਿ ਇਹਨਾਂ ਨੇ ਵਿਆਹ ਕਰਾਉਣ ਤੋਂ ਬਾਅਦ ਬਿਜ਼ਨਸ ਸ਼ੁਰੂ ਕਰਿਆ ਸੀਗਾ ਅਤੇ ਪੈਸੇ ਦਾ ਲੈਣ ਦੇਣ ਜਿਹੜਾ ਮੈਡਮ ਦੇ ਥਰੂ ਹੁੰਦਾ ਸੀ, ਜਿਹੜਾ ਔਨਲਾਈਨ ਜਿਹੜਾ ਇਹਨਾਂ ਦੇ ਗਗਨਦੀਪ ਸਿੰਘ ਦੇ ਅਕਾਊਂਟ ਦੇ ਵਿੱਚ ਭੇਜਣ ਦਾ ਇਹਨਾਂ ਨੇ ਦਾਅਵਾ ਕੀਤਾ ਸਾਡੇ ਨਾਲ, ਅਤੇ ਇਹਨਾਂ ਦੇ ਪਰਚੇ ਦਰਜ ਹੋਣੇ ਸ਼ੁਰੂ ਹੋ ਗਏ, ਅਤੇ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਪਤੀ ਵੱਲੋਂ ਕੋਈ ਵੀ ਹੈਲਪ ਨਹੀਂ ਕੀਤੀ।